ਤੁਹਾਡਾ ਸਿਹਤਕ ਡੇਅਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਇਹ ਸ਼ਹਿਰ ਜੀਰਾ ਅਤੇ ਜੀਰੇ ਤੋਂ ਫਿਰੋਜ਼ਪੁਰ ਰੋਡ ਦੇ ਉੱਤੇ ਬਾਈ ਦਾ ਘਰ ਹੈ ਫਿਰੋਜ਼ਪੁਰ ਇਹਨੂੰ ਜ਼ਿਲ੍ਹਾ ਪੈਂਦਾ ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ ਪਸ਼ੂ ਬਹੁਤ ਸਾਰੇ ਵੀਰ ਕੋਲ ਰੱਖੇ ਹੋਏ ਆ ਇਹਨਾਂ ਦੇ ਵਿੱਚੋਂ ਅੱਜ ਇੱਕ ਇਹ ਮੱਝ ਵੀਰ ਨੇ ਵਿਕਾਊ ਕੀਤੀ ਹੈ ਇਹਦੇ ਬਾਰੇ ਆਪਾਂ ਡਿਟੇਲ ਪੁੱਛਾਂਗੇ ਵੀਡੀਓ ਨੈਟ ਤੱਕ ਦੇਖਿਓ ਵੱਡੇ ਢਾਂਚੇ ਦੀ ਭਾਰੀ ਮੱਝ ਹੈ ਸੋ ਜਿਹਨੂੰ ਵੀ ਪਸੰਦ ਹੋਊਗੀ ਉਹਨੂੰ ਬੇਨਤੀ ਰਹੂਗੀ ਵੀ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਓ ਨੰਬਰ ਵੀਰ ਦਾ ਮੈਂ ਸਕਰੀਨ 'ਤੇ ਚਲਾ ਦੇਣਾ ਆਓ ਬਾਈ ਨਾਲ ਗੱਲਬਾਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਨਾਮ ਦੱਸੀ ਵੀਰ ਗੁਰਵਿੰਦਰ ਬਾਈ ਠੀਕ ਹੈ ਗੁਰਵਿੰਦਰ ਬਾਈ ਮੱਝ ਜਿਹੜੀ ਵੇਚਣੀ ਘਰ ਦੀ ਜਾਂ ਵਪਾਰ ਚ ਆਈ ਨਹੀਂ ਵਪਾਰ ਲੈਣ ਚ ਬਾਈ ਠੀਕ ਹੈ ਅੱਛਾ ਵਪਾਰ ਦਾ ਕੰਮ ਕਰਦੇ ਆ ਪਸ਼ੂ ਰੂਟੀਨ ਚ ਆਉਂਦੇ ਆ ਨਹੀਂ ਨਹੀਂ ਬਾਈ ਆਪਣਾ ਜਾਰੇ ਦੁੱਧ ਦਾ ਕੰਮ ਹੈ ਇੱਕ ਅੱਧੀ ਮੱਝ ਲਈ ਦੀ ਆਪਾਂ ਚੰਗੀ ਠੀਕ ਹੈ ਇੱਕ ਅੱਧੀ ਮੱਝ ਖਰੀਦ ਲੈਂਦੇ ਹਾਂ ਵੈਸੇ ਦੁੱਧ ਦਾ ਕੰਮ ਹੈ ਹਾਂਜੀ ਕਿੰਨਵਾਂ ਸੂਆ ਇਹ ਮੱਝ ਸੂ ਰਹੀ ਹੈ ਬਾਈ ਤੀਜਾ ਸੂਆ ਸੂ ਇਹਦਾ ਦੁੱਧ ਮਾਲਕਾਂ ਨੇ ਦੂਜੇ ਸੂਏ ਦਾ ਕਿੰਨਾ ਦੱਸਿਆ ਬਾਈ 17 ਤੋਂ 18 ਲੀਟਰ ਦੱਸਿਆ ਉਹਨਾਂ ਨੇ ਬਾਈ ਜੀ ਦੂਜੇ ਸੂਏ ਹਾਂਜੀ ਠੀਕ ਹੈ ਹੁਣ ਦਿਨ ਕਿੰਨੇ ਲੈ ਜੂ ਬਾਈ 5-7 ਦਿਨ ਲੈ ਜੂਗੀ ਬਾਈ ਜੀ 5-7 ਦਿਨ ਲੈ ਸਕਦੀ ਹੈ ਰੇਟ ਇਹਦਾ ਕੀ ਰੱਖਿਆ ਰੇਟ ਬਾਈ ਕੋਈ ਨਾ ਫੋਨ ਤੇ ਕਰ ਲਾਂਗੇ ਫੋਨ ਤੇ ਦੱਸਾਂਗੇ ਖੋਲੀ ਇਹਨੂੰ ਬਾਈ ਦੋਸਤੋ ਤੀਜਾ ਸੂਆ ਸੋਣੀ ਹੈ ਤੇ ਮਾਲਕਾਂ ਨੇ 17-18 ਕਿਲੋ ਦੁੱਧ ਵੀਰ ਕਹਿੰਦਾ ਦੱਸਿਆ ਜਿਹਨੇ ਖਰੀਦਣੀ ਹੈ ਉਹਨੇ ਪਿਛਲਾ ਦੁੱਧ ਨਹੀਂ ਦੇਖਣਾ ਐਤਕੀ ਕਿੰਨਾ ਦੁੱਧ ਦੇ ਦੂ ਇਹਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ ਵੱਡੇ ਕੱਦ ਕਾਠ ਦੀ ਹੈ ਵੱਡੇ ਢਾਂਚੇ ਦੀ ਮੱਝ ਹੈ ਫੁੱਲ ਖੁੱਲੀ ਹੈ ਪੈਠਪੁੜੇ ਦੀ ਤੁਸੀਂ ਇਹਨੂੰ ਸਾਹਮਣੇ ਦੇਖ ਸਕਦੇ ਹੋ ਤੋਰਲਾ ਲੰਬੀ ਥੋੜ੍ਹੀ ਜੀ ਬਾਈ ਉਧਰੋਂ ਮੋੜ ਲਈ ਤੁਹਾਨੂੰ ਸਟਰਕਚਰ ਇਹਦਾ ਦੇਖ ਸਕਦੇ ਹੋ ਪਿਛਲੇ ਥਣ ਦਾ ਸਹਿਜ ਬਹੁਤ ਸੋਹਣਾ ਅਗਲੇ ਥਣ ਦਾ ਸਹਿਜ ਥੋੜ੍ਹਾ ਜਿਹਾ ਜਿਹੜਾ ਪਤਲਾਪਣ ਦਿਖਾਉਂਦੀ ਹੈ ਬਲ ਮੋੜ ਲਿਆ ਫਿਰ ਲਿਆ ਸੋ ਜਿਹਨੂੰ ਪਸੰਦ ਹੋਵੇ ਦੋਸਤੋ ਵੱਡੀ ਭਾਰੀ ਮੱਝ ਹੈ ਸਿੰਘ ਕੁੰਡੇ ਆ ਕੱਦ ਵਜਨ ਤੁਹਾਡੇ ਸਾਹਮਣੇ ਆ ਆ ਕੇ ਆਪਦੀ ਤਸੱਲੀ ਕਰ ਸਕਦੇ ਹੋ ਹਵਾਨਾ ਜਿਹੜਾ ਤੁਸੀਂ ਵੀਡੀਓ 'ਚ ਕਲੀਅਰ ਦੇਖ ਰਹੇ ਹੋ ਵੀ ਇਹ ਕਿੱਦਾਂ ਦਾ ਬਣਾਉਂਦੀ ਹੁੰਦੀ ਹੈ 5-7 ਦਿਨ ਹਜੇ ਇਹ ਲਊਗੀ ਰੇਟ ਇਹਦਾ ਵੀਰ ਤੁਹਾਨੂੰ ਫੋਨ 'ਤੇ ਦੱਸ ਦੂਗਾ ਸੋ ਆ ਕੇ ਆਪਦੀ ਨਿਰਖ ਪਰਖ ਕਰ ਲਿਓ ਜੀ ਬਹੁਤ ਭਾਰੀ ਮੱਝ ਆ ਦੱਸੋ ਕੱਦ ਵਜਨ ਵੱਲੋਂ ਬਹੁਤ ਚੰਗੀ ਥਣ ਦਾ ਸਹਿਜ ਜ਼ਰੂਰ ਤੁਸੀਂ ਦੇਖ ਸਕਦੇ ਹੋ ਮੈਂ ਜਿਵੇਂ ਦੱਸਿਆ ਸੀ ਵੀ ਅਗਲਾ ਥਣ ਥੋੜ੍ਹਾ ਜਿਹਾ ਮੈਨੂੰ ਲੱਗਾ ਜਿਵੇਂ ਪਤਲਾ ਹੁੰਦਾ ਪਰ ਮੁੱਢ ਥਣ ਦਾ ਮੋਟਾ ਹਜੇ ਧਾਰਾਂ ਪਾਊਗੀ ਦੁੱਧ ਵਾਲੀਆਂ ਤਾਂ ਉਦੋਂ ਕਲੀਅਰ ਹੋ ਜੂਗਾ ਵੀ ਅਗਾੜੀ ਜਿਹੜੀ ਉਹ ਕਿੱਦਾਂ ਦੀ ਕੱਢਦੀ ਹੈ ਸੋ ਇਹਦਾ ਸਟਰਕਚਰ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਤੋਂ ਵੀ ਤੁਹਾਨੂੰ ਜ਼ਰੂਰ ਮੈਂ ਇਹਦਾ ਥਣ ਹਵਾਨਾ ਦਿਖਾਉਂਦਾ ਇੱਧਰੋਂ ਤੁਸੀਂ ਹਵਾਨਾ ਦੋਸਤੋ ਦੇਖ ਸਕਦੇ ਹੋ ਇਹਦੀ ਪੂਛ ਫੜੀ ਬਾਈ ਸੋ ਇੱਦਾਂ ਦਾ ਇਹਦਾ ਹਵਾਨਾ ਦੋਸਤੋ ਪਿੱਛੋਂ ਦਿਸਦਾ ਇਸ ਸਾਈਡ ਤੋਂ ਵੀ ਜਿਹੜੇ ਥਣ ਦੇਖਦੇ ਹਾਂ ਤਾਂ ਇਸ ਤਰ੍ਹਾਂ ਦੇ ਥਣ ਇਹ ਦਿਖਾਉਂਦੀ ਹੈ ਥੋੜ੍ਹਾ ਜਿਹਾ ਡਰਦੀ ਹੈ ਉੱਪਰਾਂ ਕਰਕੇ ਇੱਦਾਂ ਦਾ ਇਹਦਾ ਹਵਾਨਾ ਦੋਸਤੋ ਇਹ ਮੱਝ ਵਿਕਾਊ ਆ ਇੱਕ ਵੀਰ ਕੋਲ ਦੋਸਤੋ ਘੋੜੀ ਹੈ ਸਸਤੇ ਜੇ ਰੇਟ ਦੀ ਇਹਦੇ ਬਾਰੇ ਥੋੜ੍ਹੀ ਜਿਹੀ ਡਿਟੇਲ ਲੈ ਲੈਂਦੇ ਹਾਂ ਜੇ ਕੋਈ ਖਰੀਦਣਾ ਚਾਹੇ ਤਾਂ ਕੰਟੈਕਟ ਕਰ ਲਿਓ ਵੀਰ ਨਾਲ ਅੱਛਾ ਬਾਈ ਇਹਦੀ ਕੀ ਡਿਟੇਲ ਆ ਕਿੰਨੀ ਕੁ ਉਮਰ ਹੈ ਇਹਦੀ ਬਾਈ 4.5 ਸਾਲ ਉਮਰ ਹੈ ਇਹਦੀ ਠੀਕ ਹੈ ਹਜ਼ਾਰ ਮੁੱਲ ਹੈ ਹਾਈਟ ਕਿੰਨੀ ਹੈ ਜੀ 59 59 ਇੰਚ ਹੈ ਠੀਕ ਹੈ ਅੱਛਾ ਇਹ ਸੂਈ ਵੀ ਹੈ ਅੱਗੇ ਇਹ ਹਾਂਜੀ ਇੱਕ ਸੂਆ ਸੂਈ ਹੈ ਅੱਗੇ ਗੱਭਣਾ ਕੇ ਖਾਲੀ ਹੈ ਖਾਲੀ ਹੈ ਠੀਕ ਹੈ ਤੋਰ ਦੇ ਥੋੜ੍ਹੀ ਜਿਹੀ ਦੱਸੋ ਇਹਦਾ ਰੇਟ ਜਿਹੜਾ ਵੀਰ ਨੇ ਕੀਤਾ ਉਹ 50,000 ਹੈ 59 ਇੰਚ ਵੀਰ ਕਹਿੰਦਾ ਇਹਦੀ ਹਾਈਟ ਹੈਗੀ ਹੈ ਕੋਈ ਘੋੜੀ ਵੀਰ ਨੇ ਵੇਚਣੀ ਹੈ ਜੇ ਕੋਈ ਲੈਣੀ ਚਾਹੇ ਤਾਂ ਮਾਨ ਤਾਨ ਇਹਦੇ 'ਚ ਹੋ ਜੂਗਾ ਤੁਹਾਡਾ 59 ਇੰਚ ਹਾਈਟ ਅਤੇ 50,000 ਰੇਟ ਲੈ ਚੱਲ ਬਾਈ ਕੰਨਾਂ ਦੀ ਦੱਸੋ ਸੋਹਣੀ ਹੈ ਕੰਨ ਜਿਹੜੇ ਆ ਸੋਹਣੇ ਆ ਸਟਰਕਚਰ ਤੁਹਾਡੇ ਸਾਹਮਣੇ ਹੈ ਅਤੇ ਇਸ ਘੋੜੀ ਤੋਂ ਬਿਨਾਂ ਜਿਹੜੀ ਸ਼ੁਰੂ ਦੇ ਵਿੱਚ ਇੱਕ ਮੱਝ ਤੁਹਾਨੂੰ ਦਿਖਾਈ ਹੈ ਉਹ ਵੀ ਫੋਰ ਸੇਲ ਹੈ ਸੋ ਆਪਦੀ ਤਸੱਲੀ ਕਰਕੇ ਤੁਸੀਂ ਖਰੀਦਣਾ ਪਸ਼ੂ ਨੂੰ ਪਿੱਠਪੁੜੇ ਦੀ ਮੱਝ ਤੁਸੀਂ ਵਾਰ ਵਾਰ ਦੇਖੋਗੇ ਤੁਹਾਨੂੰ ਪਸੰਦ ਆਊਗੀ ਬਹੁਤ ਚੌੜੀ ਥਣ ਹਵਾਨਾ ਜਿਹੜਾ ਤੁਸੀਂ ਦੱਸੋ ਉਹ ਵੀਡੀਓ 'ਚੋਂ ਦੇਖ ਸਕਦੇ ਹੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ